ਲਗਾਤਾਰ ਪਿਛਲੇ 9-10 ਦਿਨਾਂ ਤੋਂ ਜਿਹੜੇ ਰੋਡ ਸ਼ੋਅ ਵੀ ਚੱਲ ਰਹੇ ਨੇ ਅਤੇ ਸਾਡੇ ਚੋਣ ਜਲਸਿਆਂ ਦੇ ਪ੍ਰੋਗਰਾਮ ਵੀ ਚੱਲ ਰਹੇ ਨੇ। ਨੌਜਵਾਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਵਾ, ਮੋਟਰਸਾਈਕਲਾਂ ਅਤੇ ਟਰੈਕਟਰਾਂ ਦੇ ਨੌਜਵਾਨ ਅੱਗੇ ਲੈਣ ਆਉਂਦੇ ਨੇ। ਇਹਦੇ ਨਾਲ ਇੱਕ ਬੜਾ ਵਧੀਆ ਮਾਹੌਲ ਬਣ ਰਿਹਾ, ਹਲਕੀ ਇੱਕ ਲਹਿਰ ਪੈਦਾ ਹੋ ਗਈ ਆ। ਖਾਸ ਤੌਰ 'ਤੇ ਟਰੈਕਟਰ ਨਾਲ ਨੌਜਵਾਨਾਂ 'ਚ ਇੱਕ ਨਵਾਂ ਜੋਸ਼ ਆਇਆ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਇੱਥੋਂ ਦਾ ਮੁੱਖ ਕਿੱਤਾ ਹੈ ਖੇਤੀਬਾੜੀ। ਪੰਜਾਬ ਦੀ ਤਰੱਕੀ ਦੇ ਵਿੱਚ ਹਰੀ ਕ੍ਰਾਂਤੀ ਆਈ ਆ ਪੰਜਾਬ 'ਚ, ਉਹ 'ਚ ਟਰੈਕਟਰ ਦਾ ਬੜਾ ਵੱਡਾ ਰੋਲ ਰਿਹਾ। ਸੋ ਜਿਹੜਾ ਟਰੈਕਟਰ 'ਤੇ ਅਸੀਂ ਰੈਲੀ ਕੱਢਣ ਦਾ ਇੱਕ ਮਕਸਦ, ਮੇਰਾ ਆਪ ਚਾਹੁਣ ਦਾ ਮਕਸਦ ਹੈ ਕਿ ਅਸੀਂ ਨੌਜਵਾਨਾਂ ਨੂੰ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੋੜ ਰਹੇ ਹਾਂ। ਨੌਜਵਾਨ ਖੇਤੀ ਵਾਲੇ ਪਾਸੇ ਵੀ ਜੁੜ ਕੇ ਰਹਿਣ, ਤਾਂ ਜੋ ਇਹ ਜਿਹੜਾ ਕੰਮ ਕਰਨ ਉਹ ਛੱਡ ਗਏ ਸੀ, ਅਸੀਂ ਨੌਜਵਾਨ ਵੱਧ ਤੋਂ ਵੱਧ ਹੱਥੀਂ ਕੰਮ ਕਰਨ, ਤਾਂ ਜੋ ਪੰਜਾਬ ਦਾ ਜਿਹੜਾ ਹੋਰ ਵੀ ਸਾਡਾ ਖੁਸ਼ਹਾਲ ਹੋ ਸਕੇ ਅਤੇ ਇੱਥੋਂ ਦੀ ਖੇਤੀ ਤਰੱਕੀ ਕਰੂਗੀ, ਤਾਂ ਹੀ ਪੰਜਾਬ ਨੇ ਤਰੱਕੀ ਕਰਨੀ ਆ। ਸੋ ਕਿਸਾਨ ਦਾ ਖੁਸ਼ਹਾਲ ਹੋਣਾ ਬੜਾ ਜ਼ਰੂਰੀ ਆ। ਸੋ ਇਸੇ ਕਰਕੇ ਅਸੀਂ ਟਰੈਕਟਰ 'ਤੇ ਰੈਲੀ ਆ ਜਿਹੜੀ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ, ਮੈਂ ਤਕਰੀਬਨ ਟਰੈਕਟਰ ਲਾ ਕੇ ਸਾਰੇ ਪਿੰਡਾਂ ਦੇ ਵਿੱਚ ਗਿਆ ਅਤੇ ਨੌਜਵਾਨਾਂ 'ਚ ਬੜਾ ਵੱਡਾ ਜੋਸ਼ ਇਹਦੇ ਨਾਲ ਖੜਦਾ ਵਾ, ਸਾਰੇ ਬੜੇ ਉਤਸ਼ਾਹ ਨਾਲ ਟਰੈਕਟਰ ਲੈ ਕੇ ਆ ਰਹੇ ਨੇ। ਸੋ ਅੱਜ ਹੁਣ ਅਸੀਂ ਘੁਗਰਾਣਾ ਪਿੰਡ ਆ ਸਾਡਾ, ਉੱਥੋਂ ਦੇ ਨੌਜਵਾਨ ਸਾਰੇ ਆਏ ਨੇ ਅਤੇ ਘੁਗਰਾਣੇ ਪਿੰਡ ਅਸੀਂ ਹੁਣ ਜਾ ਰਹੇ ਹਾਂ। ਸੋ ਇਸ ਲਈ ਸਾਰੇ ਪਿੰਡਾਂ 'ਚੋਂ ਬਹੁਤ ਵਧੀਆ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸੀਟ ਅਸੀਂ ਵੱਡੀ ਲੀਡਾਂ ਜਿੱਤ ਗਏ। ਸ਼੍ਰੋਮਣੀ ਅਕਾਲੀ ਦਲ ਝੋਲੀ ਪਵਾਵਾਂਗੇ, ਸਾਰੇ ਫੇਸਬੁੱਕ 'ਤੇ ਸਾਡੇ ਜਿਹੜੇ ਦੋਸਤ ਨੇ ਉਹਨਾਂ ਦਾ ਸਾਨੂੰ ਬੜਾ ਸਹਿਯੋਗ ਮਿਲ ਰਿਹਾ। ਸਾਰੇ ਦੋਸਤਾਂ ਨੂੰ ਵੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਅਤੇ ਕਿਉਂਕਿ ਹਮੇਸ਼ਾ ਹੀ ਸਾਡੇ ਨਾਲ ਫੇਸਬੁੱਕ 'ਤੇ ਬੜਾ ਵਧੀਆ ਤੁਹਾਡਾ ਸਹਿਯੋਗ ਸਾਨੂੰ ਮਿਲਦਾ, ਤੁਹਾਡੇ ਕਮੈਂਟ ਲਾਈਕ ਸਾਰੇ ਤੁਸੀਂ ਕਰ ਰਹੇ ਹੋ। ਜੋ ਵੀ ਪ੍ਰੋਗਰਾਮ ਇਲੈਕਸ਼ਨ ਦਾ ਚੱਲ ਰਿਹਾ ਅਸੀਂ ਨਾਲ ਦੀ ਨਾਲ ਲਾਈਵ ਵੀ ਅਤੇ ਪੋਸਟ ਰਾਹੀਂ ਵੀ ਤੁਹਾਨੂੰ